ਸਬਸਕ੍ਰਾਈਬ ਕਰੋ ਦਿਵਿਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਖਬਰਾਂ ਵੇਖਣ ਲਈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪੰਜਾਬ ਪ੍ਰਧਾਨ ਅਤੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਨੀਲ ਜਾਖੜ ਨੇ ਆਪਣੀ ਲੋਕ ਸਭਾ ਚੋਣਾਂ ਦੀ ਸ਼ੁਰੂਆਤ ਹਲਕਾ ਡੇਰਾ ਬਾਬਾ ਨਾਨਕ ਦੇ ਕਸਬਾ ਸ਼ਾਹਪੁਰ ਜਾਜਨ ਤੋਂ ਕੀਤੀ। ਇਸ ਸਬੰਧੀ ਹਲਕਾ ਵਿਧਾਇਕ ਅਤੇ ਪੰਜਾਬ ਸਰਕਾਰ ਦੇ ਸਹਿਕਾਰਤਾ ਅਤੇ ਜੇਲ੍ਹ ਮੰਤਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਪਿੰਡ ਸ਼ਾਹਪੁਰ ਦੇ ਕਾਂਗਰਸੀ ਵਰਕਰ ਬੂਆ ਸਿੰਘ ਫਾਰਮ ਹਾਊਸ 'ਤੇ ਵਿਸ਼ਾਲ ਰੈਲੀ ਕੀਤੀ ਗਈ, ਜਿਸ ਵਿੱਚ ਹਲਕੇ ਦੇ ਵੱਖ ਵੱਖ ਪਿੰਡਾਂ ਦੇ ਪੰਚਾਂ ਸਰਪੰਚਾਂ ਅਤੇ ਹੋਰ ਮੋਤਬਰ ਆਗੂਆਂ ਵੱਲੋਂ ਕਾਫਲਿਆਂ ਦੇ ਰੂਪ ਵਿੱਚ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਰੰਧਾਵਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਅਤੇ ਉਹਨਾਂ ਦਾ ਟੋਲਾ ਲੋਟੂਆਂ ਦਾ ਟੋਲਾ ਹੈ। ਉਹਨਾਂ ਆਖਿਆ ਕਿ ਪ੍ਰਕਾਸ਼ ਸਿੰਘ ਬਾਦਲ ਟੋਲਾ ਸ਼੍ਰੋਮਣੀ ਅਕਾਲੀ ਦਲ ਨਹੀਂ ਬਲਕਿ ਕੱਲਾ ਅਕਾਲੀਆਂ ਅਤੇ ਨਸ਼ਿਆਂ ਦੇ ਵਪਾਰੀਆਂ ਦਾ ਟੋਲਾ ਹੈ। ਸਰਦਾਰ ਰੰਧਾਵਾ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਮਹਾਨ ਯੋਧੇ ਭਾਈ ਲਛਮਣ ਸਿੰਘ ਜੀ ਧਾਰੋਵਾਲ ਹੀ ਹੋਏ ਹਨ, ਜਿਨ੍ਹਾਂ ਨੂੰ ਪ੍ਰਕਾਸ਼ ਸਿੰਘ ਬਾਦਲ ਵਰਗੇ ਨਰੈਣੂ ਮਹੰਤਾਂ ਤੋਂ ਗੁਰੂ ਘਰਾਂ ਨੂੰ ਆਜ਼ਾਦ ਕਰਵਾਇਆ ਗਿਆ ਸੀ। ਉਹਨਾਂ ਆਖਿਆ ਕਿ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ 19 ਸਾਲਾਂ 'ਚ ਮੁੱਖ ਮੰਤਰੀ ਹੁੰਦੇ ਹੋਏ ਵੀ ਇੱਕ ਵਾਰ ਵੀ ਸ਼ਹੀਦ ਭਾਈ ਲਛਮਣ ਸਿੰਘ ਧਾਰੋਵਾਲੀ ਨੂੰ ਸ਼ਰਧਾਂਜਲੀ ਨਹੀਂ ਦਿੱਤੀ ਅਤੇ ਨਾ ਹੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਸ਼ਹੀਦ ਭਾਈ ਧਾਰੋਵਾਲੀ ਦੀ ਯਾਦ 'ਚ ਸ੍ਰੀ ਅਖੰਡ ਪਾਠ ਸਾਹਿਬ ਕਰਵਾਇਆ। ਇਸ ਮੌਕੇ ਸਰਦਾਰ ਰੰਧਾਵਾ ਨੇ ਹਲਕੇ ਦੇ ਕਾਂਗਰਸੀ ਵਰਕਰਾਂ ਨੂੰ ਸ਼ਾਹਪੁਰ ਦੀ ਰੈਲੀ ਨੂੰ ਸਫਲ ਬਣਾਉਣ 'ਤੇ ਕੀਤੀ ਮਿਹਨਤ ਦੀ ਜੰਮ ਕੇ ਪ੍ਰਸ਼ੰਸਾ ਕੀਤੀ। ਮੀਟਿੰਗ ਨੂੰ ਸੰਬੋਧਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅਤੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਆਖਿਆ ਕਿ ਜਿਹੜੇ ਕਾਂਗਰਸੀ ਪਾਰਟੀ ਆਗੂ ਪਾਰਟੀ ਤੋਂ ਬਾਗੀ ਹੋ ਰਹੇ ਹਨ ਉਹ ਉਹਨਾਂ ਦੀ ਆਪੋ ਆਪਣੀਆਂ ਸੋਚਾਂ ਏ। ਉਹਨਾਂ ਆਖਿਆ ਪੂਰੇ ਪੰਜਾਬ ਭਰ ਵਿੱਚ 13 ਲੋਕ ਸਭਾ ਹਲਕੇ ਹਨ ਪਰ ਪੂਰੇ ਪੰਜਾਬ ਭਰ 'ਚੋਂ 175 ਕਾਂਗਰਸੀ ਆਗੂਆਂ ਵੱਲੋਂ ਦਾਅਵੇਦਾਰੀ ਪੇਸ਼ ਕੀਤੀ ਗਈ ਪਰ ਕਾਂਗਰਸ ਹਾਈਕਮਾਂਡ ਵੱਲੋਂ ਆਪਣੇ ਭਰੋਸੇਯੋਗ ਉਮੀਦਵਾਰ ਹੀ ਚੋਣ ਮੈਦਾਨ ਵਿੱਚ ਉਤਾਰੇ ਗਏ। ਇਸ ਮੌਕੇ ਸੁਨੀਲ ਜਾਖੜ ਨੇ 19 ਮਈ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਸੰਬੰਧੀ ਆਖਿਆ ਹਲਕਾ ਡੇਰਾ ਬਾਬਾ ਨਾਨਕ ਵਾਸੀਆਂ ਨੂੰ ਅਪੀਲ ਕੀਤੀ ਕਿ ਵੋਟਾਂ ਕਿਸੇ ਦੇ ਲੀਡਰ ਦੇ ਚੰਮ ਨੂੰ ਨਹੀਂ ਬਲਕਿ ਕੰਮ ਨੂੰ ਵੇਖ ਕੇ ਪਾਈਆਂ ਜਾਣੀਆਂ ਚਾਹੀਦੀਆਂ। ਪੰਜਾਬ ਦੀ ਦੁਨੀਆ ਪੂਰੇ ਦੇਸ਼ ਦੀ ਲੜਾਈ ਹੈ, ਲੋਕਤੰਤਰ ਦੀ ਲੜਾਈ ਹੈ, ਸਾਡੇ ਸੰਵਿਧਾਨ ਨੂੰ ਚਿਤੜੇ ਚਿਤੜੇ ਕਰਕੇ ਇਹਨਾਂ ਨੇ ਤਬਾਹ ਕਰਤਾ। ਉਹਨਾਂ ਨੂੰ ਬਚਾਉਣ ਦੀ ਇੱਕ ਪਾਸੇ ਜਲ੍ਹਿਆਂਵਾਲਾ ਬਾਗ ਦੇ ਵਿੱਚ ਅਸੀਂ ਜਾ ਕੇ ਆਜ਼ਾਦੀ ਘੁਲਾਟੀਆਂ ਨੂੰ ਮੱਥਾ ਟੇਕਦੇ ਹਾਂ। ਮੋਦੀ ਸਾਹਿਬ ਨੇ ਤਾਂ ਉੱਥੇ ਵੀ ਨਹੀਂ ਉਹਨਾਂ ਨੇ ਇਸ ਕਾਬਲ ਸਮਝਿਆ ਵੀ ਉੱਥੇ ਜਾ ਕੇ ਮੈਂ ਮੱਥਾ ਟੇਕਾਂ। ਪੰਜਾਬ ਨਾਲ ਕੋਈ ਪਤਾ ਨਹੀਂ ਕਿਸ ਕਿਸਮ ਦਾ ਵੈਰ ਹੈ ਮੋਦੀ ਸਾਹਿਬ ਦਾ, ਨਾ ਕਿਤੇ ਦੁਆਨੀ ਪੰਜਾਬ ਨੂੰ ਦਿੱਤੀ, ਨਾ ਪੰਜਾਬ ਦੇ ਸ਼ਹੀਦਾਂ ਨੂੰ ਆ ਕੇ ਨਮਨ ਕੀਤਾ, ਪਰ ਇਹਦੇ ਬਾਵਜੂਦ ਆ ਲੜਾਈ ਜਿਹੜੀ ਹੈ ਦੇਸ਼ ਦੀ ਲੜਾਈ ਹੈ, ਸਾਰੇ ਵਰਕਰ ਇਕੱਠੇ ਹੋ ਕੇ ਲੜਨਗੇ, ਕੈਪਟਨ ਸਾਹਿਬ ਦੀ ਰਹਿਨੁਮਾਈ 'ਚ ਲੜਾਂਗੇ। ਅਤੇ ਮੈਨੂੰ ਪੂਰੀ ਉਮੀਦ ਹੈ ਕਿ ਜਿਸ ਤਨਦੇਹੀ ਦੇ ਨਾਲ ਕੈਪਟਨ ਸਾਹਿਬ ਅਤੇ ਸਾਰੀ ਟੀਮ ਕਾਇਮ ਕਰ ਰਹੀ ਹੈ 13 ਦੀ 13 ਸੀਟਾਂ ਲੋਕ ਕਾਂਗਰਸ ਦੀ ਅਸੀਂ ਤਾਂ ਕੰਮ ਲੈ ਕੇ ਜਾਵਾਂਗੇ, ਫੈਸਲਾ ਲੋਕ ਕਰਨ ਵੀ ਅਸੀਂ ਲੀਡ ਲੈ ਕੇ ਕੰਮ ਕੀਤਾ ਉਸ ਕਿਸੇ ਫੈਸਲਾ ਦੇ ਦੇਣਗੇ, ਜੇ ਕੋਈ ਕਮੀ ਬੇਸ਼ੀ ਲੱਗੀ ਤਾਂ ਉਸ ਦਾ ਫੈਸਲਾ ਦੇ ਦੇਣਗੇ, ਪਰ ਕੰਪੇਅਰ ਜ਼ਰੂਰ ਕਰ ਲੈਣ ਤਗੜੀ 'ਚ ਤੋਲ ਕੇ। ਪਰ ਤਗੜੀ ਵੀ ਬਾਬੇ ਨਾਨਕ ਵਾਲੀ ਤਗੜੀ ਇਸਤੇਮਾਲ ਕਰਨਾ ਹੈ, ਜਿਹੜੇ ਨਕਲੀ ਬਣੇ ਫਿਰਦੇ ਅਕਾਲੀ ਇਹਨਾਂ ਵਾਲੀ ਤਗੜੀ ਨਾ ਲਾ ਦੇਣ, ਚਾਹੇ ਉਹਦੇ ਵਿੱਚ ਬੀਜੇਪੀ ਪਾਰਟੀ ਵੀ ਕੋਈ ਉਮੀਦਵਾਰ ਉਹਦੇ ਬਾਅਦ ਚੰਗਾ ਮਾੜਾ ਦੇਖ ਲੈਣ, ਉਹਨਾਂ ਦੇ ਕੰਮ ਦੀ ਕਾਬਲੀਅਤ ਦੇਖ ਲੈਣ, ਕੰਮ ਉਹਨੇ ਕੋਈ ਕਰ ਰੱਖਿਆ ਜਿਹੜੇ ਫਿਲਮੀ ਹੀਰੋ ਆ ਗਿਆ ਫਿਰ ਤਾਂ ਕੋਈ ਫਿਲਮਾਂ ਹੀ ਦੇਖਣੀਆਂ ਪੈਣਗੀਆਂ।
ਜੇ ਕੋਈ ਕੰਮ ਕਰਨ ਵਾਲਾ ਕਿਸੇ ਨੂੰ ਲੀਡਰ ਨੂੰ ਲੋਕਲ ਲੀਡਰ ਨੂੰ ਦੇਣਗੇ, ਉਹਨਾਂ ਦਾ ਕੰਮ ਦੇਖ ਲੈਣ ਰਾਜ ਸਾਹਿਬ ਕਾਂਗਰਸ ਦੇ ਬੜੇ ਸੀਨੀਅਰ ਲੀਡਰ ਰਹੇ ਹੈ, ਬੜਾ ਮੈਂ ਸਮਝਦਾ ਅਫਸੋਸ ਹੈ ਕਿ ਕਿਹੜੇ ਸੀਨੀਅਰ ਚੋਈ ਸੀ ਇਹ ਕੰਪੇਨ ਅਤੇ ਕੰਟੀਨਿਊਸਲੀ ਚੱਲ ਹੀ ਰਹੀ ਹੈ ਕਿ ਜਦੋਂ ਤੋਂ ਐਂਟਰੀ ਬਣੇ ਨੇ। ਕੰਪੇਨ ਉਹਨੂੰ ਕਿਹਾ ਜਾਂਦਾ ਜਿਹੜਾ ਕਦੀ ਚੰਗੀ ਆਪਣੇ ਇਲਾਕੇ ਹੋਏ, ਜਿਹੜਾ ਐਮ ਪੀ ਇਲਾਕੇ 'ਚ ਹੀ ਰਹਿੰਦਾ ਹੋਏ ਔਰ ਲੋਕਾਂ ਨੂੰ ਮਿਲਦਾ ਹੈ। ਮੇਰਾ ਖਿਆਲ ਹੈ ਕਿ ਜਿੰਨੀ ਕੁ ਵਾਰ ਅਸੀਂ ਚੱਕਰ ਲੈਂਦੇ ਹਾਂ ਹਰ ਕਦੇ ਉੱਥੇ ਸਾਡੇ ਨਾਲ ਰਹੇ ਨੇ, ਔਰ ਕਿਵੇਂ ਚੱਕਰ ਸਾਹਿਬ ਨੇ ਕਿਹਾ ਕਿ ਮੈਂ ਆਪਣੇ ਕੰਮ 'ਤੇ ਵੋਟ ਮੰਗਣੀ, ਮੈਂ ਚੰਮ ਕੇ ਵੋਟ ਮੰਗਣੀ ਔਰ ਆਪਣੇ ਇਹਨਾਂ ਦੇ ਕੰਮਾਂ ਨੂੰ ਲੈ ਕੇ ਜਾਵਾਂਗੇ ਔਰ ਲੋਕ ਨੂੰ ਜਿਹੜਾ ਦੱਸਾਂਗੇ ਵੀ ਔਰ ਜਿਹੜੀ ਇਹਨਾਂ ਨੇ ਕੰਮ ਕੀਤੇ ਆ। ਅਤੇ ਮੇਰੇ ਖਿਆਲ ਤੁਹਾਨੂੰ ਸਾਰੇ ਤੁਸੀਂ ਪੁਰਾਣੇ ਪ੍ਰੈਸ ਵਾਲੇ ਇੱਥੋਂ ਦੇ ਜਰਨਲਿਸਟ ਪੁਰਾਣੇ ਪਹਿਲੇ ਐਮ ਪੀਆਂ ਦਾ ਅਤੇ ਹੁਣ ਵਾਲੇ ਐਮ ਪੀ ਦਾ ਅਤੇ ਤੁਹਾਨੂੰ ਹੁਣ ਐਜ ਏ ਜਰਨਲਿਸਟ ਤੁਹਾਨੂੰ ਇਹ ਦੱਸਣਾ ਪਵੇਗਾ ਕਿ ਪਹਿਲੇ ਐਮ ਪੀ ਕੀ ਕਰਕੇ ਗਏ ਅਤੇ ਹੁਣ ਵਾਲੇ 14 ਮਹੀਨਿਆਂ 'ਚ ਐਮ ਪੀ ਸਾਹਮਣੇ ਕਿਹੜੇ ਕੰਮ ਕੀਤੇ ਨੇ। ਉਹ ਅਸੀਂ ਆਪਣੇ ਕੰਮ ਦੇ ਨਾਂ 'ਤੇ ਵੋਟਾਂ ਮੰਗਾਂਗੇ, ਅਸੀਂ ਮੋਦੀ ਦੇ ਨਾਂ 'ਤੇ ਵੋਟਾਂ ਨਹੀਂ ਮੰਗਣੀਆਂ ਕਿਉਂਕਿ ਅਕਾਲੀ ਦਲ ਨੇ ਹੁਣ ਬਾਦਲ ਛੱਡ ਦਿੱਤਾ, ਹੁਣ ਕਹਿੰਦਾ ਪਏ ਮੋਦੀ ਦੀ ਗੱਲ ਕਰਨ ਲੱਗ ਪਏ ਨੇ। ਅਤੇ ਇਹ ਜਿਹੜੀਆਂ ਚੀਜ਼ਾਂ ਨੇ ਅਸੀਂ ਆਪਣੇ ਕੰਮ 'ਤੇ ਵੋਟਾਂ ਮੰਗਾਂਗੇ ਔਰ ਪੰਜਾਬ ਸਰਕਾਰ ਨੇ ਜਿਹੜੀ ਗੌਰਮੈਂਟ ਕੀਤੀ, ਜਿਹੜੇ ਕੰਮ ਕੀਤੇ ਉਹਨਾਂ ਦੇ ਆਪਣੇ ਕੰਮ ਦੇ ਲਈ ਪੰਜਾਬ 'ਚ ਅਸੀਂ ਜਾਵਾਂਗੇ। ਇੰਦਰ ਮੋਹਨ ਸੋਢੀ, ਦਿਵਿਆ ਪੰਜਾਬ ਟੀਵੀ, ਡੇਰਾ ਬਾਬਾ ਨਾਨਕ।